ਹੁਣ ਸਰਦਾਰ ਜੀ ਨੇ ਤਾੜੀ ਮਿਲਾਈ, ਪਤਾ ਨਹੀਂ ਚੰਗਾ ਨਹੀਂ ਲੱਗਾ ਪਾਪਾ ਜੀ ਜਿੰਨਾ ਬੈਠੇ ਟੇਢੇ ਜਿਹੇ ਹੋ ਗਏ ਉਹਦੇ ਬੈਠੇ ਆ ਹੁਣ ਸਿੱਧੇ ਹੋਏ ਹਾਂਜੀ ਦੁਬਾਰਾ ਸੁਣ ਲਾਵਾਂ ਫਿਰ ਤਾਲੀ ਲਾਉਂਗੇ ਇੱਕ ਮੇਰਾ ਦਿਲ ਇਹ ਸਾਰਾ ਮਾਲਕ ਦਾ ਹੀ ਹੈ ਸੁਰ ਚ ਅਸਰ ਆ ਗੱਲਬਾਤ ਵਿੱਚ ਅਸਰ ਆ ਤਾਂ ਉਹਦੀ ਦਇਆ ਉਹਦੀ ਕਿਰਪਾ ਉਹਦੀ ਮਿਹਰ ਬੜੇ ਚੰਗੇ ਤੋਂ ਚੰਗੇ ਗਵੱਈਏ ਆ ਵਧੀਆ ਤੋਂ ਵਧੀਆ ਫਨਕਾਰ ਹੈ ਪਰ ਜਿਹਦੇ ਸੁਰ ਚ ਅਸਰ ਹੈ ਜਿਹਦੀ ਗੱਲਬਾਤ ਵਿੱਚ ਅਸਰ ਹੈ ਨਾ ਉਹਦਾ ਕੁਛ ਨਹੀਂ ਹੈ ਉਹਦੇ 'ਤੇ ਮਿਹਰ ਹੈ ਇਸ ਕਰਕੇ ਹਰ ਵੇਲੇ ਸ਼ੁਕਰਾਨਾ ਕਰੀਦਾ ਮਾਲਕ ਦਾ ਕਿ ਰੋਜ਼ੀ ਰੋਟੀ ਚਲਾਈ ਜਾਂਦਾ ਇਹ ਕੁਛ ਖਾਸ ਨਹੀਂ ਸਾਡੇ 'ਚ ਕੁਝ ਖਾਸ ਨਹੀਂ ਖਾਸ ਬਣਾਇਆ ਉਸ ਮਾਲਕ ਦੀ ਦਇਆ ਹੈ ਮਿਹਰ ਇਸ ਕਰਕੇ ਉਹਦਾ ਸ਼ੁਕਰਾਨਾ ਕਰਦੇ ਹਾਂ ਰੋਟੀ ਰੋਜ਼ੀ ਚਲਾਈ ਜਾਂਦਾ ਇੱਕ ਮੇਰੇ ਨੈਣ ਤੋਂ
ਅਜੇ ਇੰਨੀ ਹਾਜ਼ਰੀ ਮੇਰੀ ਕਬੂਲ ਹੋ ਗਈ। ਬਹੁਤ ਅੱਛੀ ਸੋਚ। ਇਸ ਗੀਤ ਨੂੰ ਪਤਾ ਨਹੀਂ ਮੈਨੂੰ ਕਿੰਨੇ ਮੁਲਕਾਂ ਤੋਂ ਸਨਮਾਨ ਲਈ ਬੁਲਾਇਆ ਗਿਆ ਕਿ ਸਿਰਫ ਤੁਸੀਂ ਆਪਣਾ ਭਵੇਂ ਸਨਮਾਨ ਹੀ ਲੈ ਕੇ ਜਾਓ, ਹਰ ਮੁਲਕ 'ਚੋਂ ਲੋਕਾਂ ਨੇ ਕਿਹਾ ਕਿ ਤੁਸੀਂ ਆਓ ਇਹ ਗੀਤ ਤੁਸੀਂ ਇੰਨਾ ਅੱਛਾ ਗਾ। ਇਹਦੇ ਲਈ ਬਹੁਤ ਸਾਰੇ ਸਨਮਾਨ ਮਿਲੇ ਹੋਏ ਔਰ ਇਹਦੇ ਨਾਲ ਮਿੰਟੂ ਦਾ ਵੀ ਸਨਮਾਨ ਹੈ। ਇੱਕ ਵਾਰੀ ਇਹ ਲਈ ਵੀ ਤਾਲੀ ਜ਼ਰੂਰ ਲਾਓ। ਵਿਜੇ ਧੰਮੀ ਸਾਹਿਬ ਔਰ ਮਿੰਟੂ ਹੀਰ ਇਕੱਠਿਆਂ ਨੇ ਗੀਤ ਲਿਖਿਆ, ਕਮਾਲ ਦੀ ਕਲਮ। ਬੜੇ ਪਿਆਰ ਸਤਿਕਾਰ ਨਾਲ ਤੁਸੀਂ ਸਾਰਿਆਂ ਨੇ ਸੁਣਿਆ। ਜ਼ਿੰਦਗੀ ਨਹੀਂ ਫਿਰ ਦਰਸ਼ਨ ਮੇਲੇ ਕਰਾਂਗੇ, ਇੰਨੀ ਹਾਜ਼ਰੀ ਕਬੂਲ ਹੋਵੇ। ਜੈ ਮਸਤਾਂ ਜੀ, ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ।